ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਵੈਲਕਮ ਆ ਹੋਲ ਵਰਲਡ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਪਿਆਰ ਸਤਿਕਾਰ ਵੀ। ਸਤਿ ਸ਼੍ਰੀ ਅਕਾਲ, ਅਤੇ ਹੋਪਫੁਲੀ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ। ਇੱਥੇ ਜਿਹੜੀਆਂ ਮੇਰੀਆਂ ਵੀਡੀਓਜ਼ ਆ ਜਿਹਨੂੰ ਚੰਗੀਆਂ ਲੱਗਦੀਆਂ ਵੀਰੇ ਕਮੈਂਟਸ ਜ਼ਰੂਰ ਕਰਿਓ, ਜਿਹੜੀ ਨਹੀਂ ਲੱਗਦੀਆਂ ਉਹ ਵੀ ਕਮੈਂਟਸ ਜ਼ਰੂਰ ਕਰਿਓ, ਠੀਕ ਆ। ਕਿਉਂਕਿ ਮੈਂ ਜਦੋਂ ਵੀ ਕੋਈ ਵੀਡੀਓ ਅਪਲੋਡ ਕਰਦਾ ਜਾਂ ਫਿਰ ਮੈਂ ਤੁਹਾਡੇ ਵਿਚਾਰ ਵੀ ਸੁਣ, ਜਿਹੜੇ ਤੁਹਾਡੇ ਕਮੈਂਟਸ ਆ ਮੈਂ ਉਹਨਾਂ ਨੂੰ ਰੀਡ ਜ਼ਰੂਰ ਕਰਦਾ ਹੈ ਨਾ, ਅਤੇ ਮੈਂ ਸੋਚਦਾ ਵੀ ਆਡੀਅੰਸ ਮੇਰੇ ਬਾਰੇ ਕੀ ਸੋਚਦੀ ਹੈ ਜਾਂ ਆਡੀਅੰਸ ਨੂੰ ਕੀ ਜਿਹੜੀ ਚੀਜ਼ ਚਾਹੀਦੀ ਆ। ਨਾ ਬਹੁਤ ਇੱਕ ਬੋਇਸ ਦਾ ਮੈਸੇਜ, ਬੋਇਸ ਦਾ ਮੈਸੇਜ ਕਮੈਂਟ ਬਹੁਤ ਆਉਂਦਾ ਵੀ ਪੀਪਲਸ ਲਾਈਕ ਮਾਏ, ਮੇਰੀ ਬੋਇਸ ਵਧੀਆ ਲੱਗਦੀ ਆ। ਥੈਂਕ ਯੂ ਜੇ ਤੁਹਾਨੂੰ ਵਧੀਆ ਲੱਗਦੀ ਆ, ਬਟ ਆਈ ਡੋਂਟ ਨੋ ਕਾਹਤੇ ਲੱਗਦੀ ਆ। ਚਲੋ ਥੈਂਕ ਯੂ ਹੈ ਨਾ। ਚਲੋ ਮੇਨ ਗੱਲ ਕਰਦਾ ਹੈ ਨਾ ਪਹਿਲਾਂ, ਜੇਕਰ USA ਕਰੋਨਾ ਵਾਇਰਸ 'ਤੇ ਗੱਲ ਕਰਾਂ ਹੈ ਨਾ, ਕਰੋਨਾ ਵਾਇਰਸ 88,000 ਪਲੱਸ ਜਿਹੜੀਆਂ ਡੈਥਸ ਜਿਹੜੀਆਂ ਯੂਨਾਈਟਡ ਸਟੇਟ ਦੇ ਵਿੱਚ ਜਿਹੜੀਆਂ ਹੋ ਚੁੱਕੀਆਂ, ਜਿਹੜੀ ਕਿ ਬਹੁਤ ਹੀ ਮੰਦਭਾਗੀ ਜਿਹੜੀ ਗੱਲ ਹੈਗੀ ਆ, ਠੀਕ ਆ। ਅਤੇ ਕੁਛ ਇੱਦਾਂ ਦੇ ਵੀ ਡਾਟੇ ਆ ਰਹੇ ਨੇ ਵੀ ਜਿਹੜੀਆਂ ਕਲੀਅਰ ਡਾਟਾ ਉਹ ਜਿਹੜਾ ਨਹੀਂ ਦੱਸਿਆ ਜਾ ਰਿਹਾ ਵੀ ਸਾਰੇ ਜਿਹੜੀਆਂ ਘਰ ਦੇ ਵਿੱਚ ਡੈਥਸ ਵਗੈਰਾ ਹੋ ਜਾਂਦੀਆਂ ਉਹ ਵਿੱਚ ਜਿਹੜੀਆਂ ਨਹੀਂ ਕਾਊਂਟ ਹੈਗੀਆਂ, ਬਾਅਦ ਦੇ ਵਿੱਚ ਇਹ ਡਾਟਾ ਹੋਰ ਵੀ ਜਿਹੜਾ ਵੱਧ ਸਕਦਾ ਵਾ, ਠੀਕ ਆ। ਅਤੇ 14 ਲੱਖ ਤੋਂ ਪਲੱਸ ਜਿਹੜੇ ਕੇਸ ਜਿਹੜੇ USA ਵਿੱਚ ਹੋਏ ਨੇ। ਅਤੇ ਅਗਲੀ ਜਿਹੜੀ ਗੱਲ ਕਰਾਂ, ਜਿਹੜਾ ਸਾਰੇ ਪੁੱਛਦੇ ਆ $1200 ਜਾਂ ਸਟਿਮੂਲਸ ਪੈਕੇਜ ਜਿਹੜਾ ਸੈਕਿੰਡ ਆ ਉਹਦੇ ਬਾਰੇ ਗੱਲ ਕਰ ਰਹੇ ਹਾਂ। ਸੈਨੇਟ ਦੇ ਵਿੱਚ ਜਿਹੜਾ ਇਹ ਬਿੱਲ ਕੱਲ੍ਹ ਜਿਹੜਾ ਲਿਆਂਦਾ ਗਿਆ ਵਾ, ਇਹਦੇ ਵਿੱਚ ਪਹਿਲੇ ਸਦਨ ਦੇ ਵਿੱਚ ਇਹ ਪਾਸ ਜਿਹੜਾ ਹੋ ਗਿਆ ਵਾ, ਪਰ ਅੱਗੇ ਜਿਹੜੀ ਇਹਦੀ ਗੱਲ ਕਰਾਂ $3 million ਦਾ ਵਾ, ਠੀਕ ਆ। ਤਾਂ ਆਹ ਜਿਹੜਾ ਹਿਸਟਰੀ ਵਿੱਚ ਪਹਿਲਾ ਜਿਹੜਾ ਬਿੱਲ ਆ ਜਿਹੜਾ ਔਨਲਾਈਨ ਜਿੱਦਾਂ ਵੋਟਿੰਗ ਰਿਮੋਟ ਵੋਟਿੰਗ ਹੋਈ ਆ ਉਹਦੇ ਵਿੱਚ, ਨਹੀਂ ਤਾਂ ਜਿੱਥੇ ਲੋਕਾਂ ਨੇ ਮਤਲਬ ਜਿਹੜੇ ਸੈਨੇਟ ਦੇ ਨੇ ਉਹਨੇ ਆਪਣੇ ਆਪ ਨਹੀਂ ਕੀਤੀ ਰਿਮੋਟ ਵੋਟਿੰਗ ਹੋਈ ਗਈ, ਜਿੱਦਾਂ ਸੋਸ਼ਲ ਡਿਸਟੈਂਸਿੰਗ ਕਰਕੇ ਹੈ ਨਾ ਜਿਹੜੀ ਇਹ ਸਪਰੈਡ ਜਿਹੜਾ ਚੱਲ ਰਿਹਾ ਵਾ। ਤਾਂ ਇਹਦੇ ਵਿੱਚ ਸਦਨ ਦੇ ਵਿੱਚ ਇਹ ਪਾਸ ਜ਼ਰੂਰ ਹੋਇਆ, ਪਰ ਇਹਦੇ ਜਿਹੜੇ ਰਿਪਬਲਿਕਨ ਆ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਪਾਰਟੀ ਆ ਆ ਜਿਹੜਾ ਇਹਦਾ ਵਿਰੋਧ ਕਰ ਰਹੇ ਨੇ, ਹੈ ਨਾ, ਠੀਕ ਆ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਇਹਦੇ ਪਰ ਕਿਹਾ ਸੀਗਾ ਵੀ ਉਹ ਵੀਟੋ ਜਿਹੜੀ ਯੂਜ਼ ਕਰਨਗੇ। ਆ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਇਹ ਕਾਨੂੰਨ ਆ ਮੇ ਬੀ ਪਾਸ ਹੋਊਗਾ, ਹਜੇ ਇਹਦੇ ਪਰ ਬਹਿਸਬਾਜ਼ੀ ਹੋਣੀ ਆ। ਬਾਕੀ ਹੈ ਨਾ ਦੇਖੋ ਕੀ ਬਣਦਾ, ਮੇ ਬੀ ਹੋ ਵੀ ਜਾਵੇ ਤਾਂ ਸਾਰਿਆਂ ਲਈ ਹੈ ਨਾ ਵਧੀਆ ਟਾਈਮ ਆ ਇਹ। ਤਾਂ ਇਹ ਜਿਹੜਾ ਅਜੇ ਚੱਲ ਰਿਹਾ ਇਹਦੇ ਪਰ ਕਾਰਵਾਈ, ਮੈਂ ਨਾਲ ਦੀ ਨਾਲ ਤੁਹਾਨੂੰ ਜਿਹੜਾ ਅਪਡੇਟਸ ਜਿਹੜੀ ਦੇ ਦੂੰਗਾ ਇਹਦੀ। ਅਗਲੀ ਜਿਹੜੀ ਕਰ ਰਿਹਾ ਕਰੋਨਾ ਵਾਇਰਸ ਵੈਕਸੀਨ USA, ਅਤੇ ਪ੍ਰੈਜ਼ੀਡੈਂਟ ਟਰੰਪ ਨੇ ਜਿੱਦਾਂ ਕਿਹਾ ਸੀਗਾ ਵੀ ਦਸੰਬਰ ਤੱਕ ਜਾਂ ਸਾਲ ਦੇ ਲਾਸਟ ਵਿੱਚ ਅਸੀਂ ਜਿਹੜੀ ਸਾਡੇ ਕੋਲ ਜਿਹੜੀ ਇਹਦੀ ਵੈਕਸੀਨ ਆ ਉਹ ਸਾਡੇ ਕੋਲ ਹੋਊਗੀ ਜਾਂ ਇੰਜੈਕਸ਼ਨ ਹੈ ਨਾ ਜੋ ਵੀ ਹੈ। ਅਤੇ ਇਹਦੇ ਪਰ ਜਿਹੜਾ ਇਹਨਾਂ ਨੇ ਸਪੈਸ਼ਲੀ ਹੁਣ ਜਿਹੜਾ ਬਿਆਨ ਦਿੱਤਾ, ਕਹਿੰਦੇ ਵੀ ਬਹੁਤ ਜ਼ਿਆਦਾ ਕੌਨਫੀਡੈਂਸ ਰੇਟ ਲਈ ਨਾਲ ਜਾਂ ਬਹੁਤ ਸਾਰਾ ਵੀ ਹਾਂ ਸਾਡੇ ਕੋਲ ਜਿਹੜੀ ਦਸੰਬਰ ਤੱਕ ਜਿਹੜੀ ਇਹ ਅਸੀਂ ਇਹਦਾ ਇੱਕ ਓਪਰੇਸ਼ਨ ਸਪੈਸ਼ਲ ਓਪਰੇਸ਼ਨ ਲਾਂਚ ਕੀਤਾ, ਆ ਜਿਹੜੀ ਸਾਡੇ ਕੋਲ ਦਸੰਬਰ ਤੱਕ ਜਿਹੜੀ ਇਹਦੀ ਵੈਕਸੀਨ ਜਿਹੜੀ ਹੋਊਗੀ, ਆਹ ਸਾਰੀ ਚੀਜ਼ ਉਹਨਾਂ ਨੇ ਕਹੀ ਆ। ਹਾਲਾਂਕਿ ਇਹਦੇ ਵਿੱਚ ਕੀ ਸੱਚ ਆ ਉਹ ਅਜੇ ਫਿਊਚਰ ਹੀ ਦੱਸੂਗਾ। ਅਤੇ ਬਾਕੀ ਇਹਦੇ ਵਿੱਚ ਜਿੱਦਾਂ ਹੁਣ ਕਹਿੰਦੇ ਵੀ 2020 ਇਲੈਕਸ਼ਨ ਈਅਰ ਵੀ ਆ, ਤਾਂ ਚਾਈਨਾ 'ਤੇ ਵੀ ਇਹਨਾਂ ਨੇ ਕਾਫੀ ਵਾਰ ਜ਼ਰਾ ਜਿਹੜਾ ਹੁਣ ਪ੍ਰੈਜ਼ੀਡੈਂਟ ਟਰੰਪ ਚਾਈਨਾ ਵੱਲ ਨੂੰ ਵੀ ਕਾਫੀ ਵਾਰ ਬਿਆਨ ਦਿੰਦੇ ਨੇ ਵੀ ਚਾਈਨਾ ਦੀ ਜਿਹੜੀ ਗਲਤੀ ਹੈਗੀ ਆ, ਗਲਤੀ ਜ਼ਰੂਰ ਹੈਗੀ ਆ ਕਿਤੇ ਨਾ ਕਿਤੇ, ਜੇਕਰ ਤੁਸੀਂ ਕਿਸੇ ਵੀ ਕੰਟਰੀ ਆ, ਠੀਕ ਹੈ, ਗਲਤੀ ਉਹਨਾਂ ਦੀ ਹੈਗੀ ਆ, ਠੀਕ ਆ। ਆ ਜਿਹੜਾ ਇਹਨਾਂ ਦੇ ਨਾਲ ਚਾਈਨਾ ਦੇ ਨਾਲ ਇਹਨਾਂ ਦੇ ਥੋੜ੍ਹੇ ਜਿਹੇ ਜਿਹੜੇ ਸੰਬੰਧ ਆ ਉਹ ਵਿਗੜਦੇ ਵੀ ਨਜ਼ਰ ਆਉਂਦੇ ਨੇ। ਅਤੇ ਦੂਜੀ ਗੱਲ ਇਮੀਗ੍ਰੇਸ਼ਨ 'ਤੇ ਪੁੱਛਦੇ ਆ ਵੀ ਇਮੀਗ੍ਰੇਸ਼ਨ ਜਿਹੜੀ 60 ਦਿਨ ਲਈ ਬੈਨ ਹੋਈ ਆ ਉਹ ਮੇ ਬੀ ਐਕਸਟੈਂਡ ਹੋ ਜਾਵੇ, ਉਹਦਾ ਅਜੇ ਕੋਈ ਕਲੀਅਰ ਨਹੀਂ ਹੈਗਾ। ਅਤੇ US ਅੰਬੈਸੀ ਅਜੇ ਤੱਕ ਜਿਹੜਾ ਖੁੱਲ੍ਹਣੇ ਦਾ ਪਬਲਿਕ ਦੇ ਲਈ ਕੋਈ ਵੀ ਜਿਹੜਾ ਇੰਡੀਆ ਦੇ ਵਿੱਚ ਕੋਈ ਇੱਦਾਂ ਦਾ ਇਹਨਾਂ ਦਾ ਅਪਡੇਟਸ ਜਿਹੜੀਆਂ ਨਹੀਂ ਹੈਗੀਆਂ, ਠੀਕ ਹੈ। ਜੋ ਵੀ ਤੁਹਾਡੀਆਂ ਅਪਡੇਟਸ ਆਪਾਂ ਫਿਊਚਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਅਤੇ ਅੱਜ ਦੀਆਂ ਇੰਨੀ ਅਪਡੇਟਸ ਸੀ, ਚੰਗਾ ਜੀ, ਸਤਿ ਸ਼੍ਰੀ ਅਕਾਲ।